ਵਾਹਿਗੁਰੂ ਜੀ ਇੱਥੇ ਪਹੁੰਚੇ ਹਾਂ ਰਮੇਸ਼ਵਰਮ ਗੁਰਦੁਆਰਾ ਸਾਹਿਬ ਗੁਰੂ ਨਾਨਕ ਧਾਮ ਇਹ ਸਾਹਮਣੇ ਮੇਨ ਐਂਟਰੀ ਹੈ ਅਤੇ ਮੜੀ ਦੇ ਰੁੱਖ ਲੱਗੇ ਹੋਏ ਨੇ ਇੱਥੇ ਇਹ ਕਾਫੀ ਸੋਹਣਾ ਅਨਮੋਹਕ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਹੈ ਅਤੇ ਗੁਰੂ ਨਾਨਕ ਦੇਵ ਸ਼੍ਰੀਲੰਕਾ ਤੋਂ ਵਾਪਸੀ ਆਉਂਦੇ ਹੋਏ ਇੱਥੇ ਠਹਿਰੇ ਸਨ ਰਾਜਾ ਸ਼ਿਵਨਾਥ ਦੇ ਕੋਲ ਜਦੋਂ ਵਾਪਸੀ ਹੋਈ ਸੀ ਬਾਬਾ ਜੀ ਦੀ ਫੁਲਵਾੜੀ ਹੈ ਬਹੁਤ ਸੋਹਣੇ ਫੁੱਲ ਲੱਗੇ ਹੋਏ ਨੇ ਮੰਦਰ ਜਾ ਕੇ ਦਰਸ਼ਨ ਕਰਦੇ ਇਹ ਪੰਜਾਬ ਤੋਂ ਦਿੱਲੀ ਤੋਂ ਕਾਫੀ ਦੂਰ ਹੋਣ ਦੇ ਕਰਕੇ ਸੰਗਤ ਦੀ ਆਵਾਜਾਈ ਇੱਥੇ ਬਹੁਤ ਘੱਟ ਹੁੰਦੀ ਹੈ ਜੀ ਇਹ ਜੀ ਗੁਰੂ ਨਾਨਕ ਧਾਮ ਗੁਰਦੁਆਰਾ ਸਾਹਿਬ ਰਮੇਸ਼ਵਰਮ